आलिया अमर बोल रहा आजाद हो गए असी ते कल जनाब दी अदालत विच पेश होवांगे गिरफ्तारी वास्ते शुक्र है खुदा दा पर आज क्यों नहीं ओए आ जांगा थोड़ा घर ते टाइम गुजार लेंदे और दोबारा गैर हाजरियां करनियां करो और कोई बहाना बुना ते ला लेंदे शहजादीए ऐ तो कोई मजबूरी ना हुई बस आज तुसी कोई बहाना नहीं बनाओगे बल्कि उन्हें साफ साफ दस दियो कि असी शादी कर लें और सुना फिर खालिद राजिए चौधरी ने अमर की जमानत अज ही आया चौधरी नसीर साढ़े बचपन का यार है अमीर हो गया लेकिन सानू नहीं भुलिया सानू नहीं भुलिया उन्हें तेरे पुत्र बदमाश बना दिता है ते तू लग गया उहदे पैसों ते फटाफट कड़े पैसों ते मैं लड़त भेजना यह जे पैसों ते तेरा की ख्याल है मेरे को पैसे लेना वो नहीं नहीं ਉਹਦਾ ਮਤਲਬ ਹੈ ਮੁੰਡੇ ਦੀ ਕਮਾਈ ਬਲਕਿ ਉਹ ਤੇ ਤੇਰੇ ਪੁੱਤਰ ਆਮਰ ਦੀ ਕਮਾਈ ਦੀ ਗੱਲ ਪਿਆ ਕਰਦਾ ਯਾਰ ਆਹੋ ਮੇਰਾ ਕੋਈ ਹੱਕ ਨਹੀਂ ਆਪਣੇ ਪੁੱਤਰ ਦੀ ਕਮਾਈ ਦੇ ਇੱਥੇ ਕਿਹੜਾ ਬੰਦਾ ਜਿਹੜਾ ਜਾਇਜ਼ ਤਰੀਕੇ ਨਾਲ ਕੰਮ ਕਰਕੇ ਕਮਾਉਂਦਾ ਉਹ ਜ਼ਰਾ ਖੁੱਲ੍ਹਾ ਹੈ ਸਾਡੇ ਵਾਂਗੂ ਮੁਨਾਫਕ ਨਹੀਂ ਇਮਾਨਦਾਰੀ ਦੀ ਆੜੇ 'ਚ ਬੇਈਮਾਨੀ ਨਹੀਂ ਕਰਦਾ ਇੱਥੇ ਦੇ ਲੋਕ ਰੋਟੀ ਇਹੋ ਜਿਹੀ ਪਕਾਉਂਦੇ ਨੇ ਅਤੇ ਆਪਣੇ ਖਾਣ ਲਈ ਘਰੋਂ ਮੰਗਵਾਉਂਦੇ ਨੇ ਅਤੇ ਕਹਿੰਦੇ ਨੇ ਮੈਂ ਬਿਮਾਰ ਹਾਂ ਰੋਟੀ ਮੈਂ ਇਹੋ ਜਿਹੀ ਖਾਣ ਲਿਆ ਜਿਹੜੀ ਪਰੇਜ਼ੀ ਹੋਵੇ ਗੱਲ ਸੁਣੋ ਖਾਲਦ ਮੈਂ ਖਾਣ ਪੀਣ ਦੀਆਂ ਸ਼ੈਵਾਂ 'ਚ ਕਦੇ ਬੇਈਮਾਨੀ ਨਹੀਂ ਕੀਤੀ ਤੇਰੇ ਘਰ ਵੀ ਰੋਟੀਆਂ ਜਾਂਦੀਆਂ ਨੇ ਮੇਰੇ ਹੋਟਲ ਤੋਂ ਸੁਣਿਆ ਕਿ ਨਹੀਂ ਕਦੀ ਆਈ ਹੈ ਸ਼ਿਕਾਇਤ ਐਡਾ ਤੂੰ ਇਮਾਨਦਾਰ ਫਟਾਫਟ ਉਹ ਲੜੋ ਚੱਲ ਲੜ ਉੱਠ ਕੇ ਆਖੋ ਤਾਂ ਕੋਈ ਡਾਂਗ ਸੋਟੇ ਦਾ ਬੰਦੋਬਸਤ ਕਰਦੇ ਹਾਂ ਤੁਹਾਨੂੰ ਡਾਂਗ ਸੋਟੇ ਦਾ ਬੰਦੋਬਸਤ ਕਰਦੇ ਹਾਂ ਤੂੰ ਤਾਂ ਲੜਾਂ 'ਚ ਖੁਸ਼ ਹੈ ਲੋਕ ਲੜਨ ਨਾ ਅਤੇ ਤੇਰੇ ਪੁੱਤਰ ਦੀ ਵਕਾਲਤ ਕਿਵੇਂ ਚੱਲੇ ਦੂਜੇ ਦੀ ਨੌਕਰੀ ਕਿਵੇਂ ਚੱਲੇ ਫਟਾਫਟ ਬਸ ਯਾਰ ਬਸ ਇੱਧਰ ਵੇਖ ਤੂੰ ਤਾਂ ਜਨਾਨੀਆਂ ਦੀ ਤਰ੍ਹਾਂ ਸ਼ੁਰੂ ਹੀ ਹੋ ਜਾਂਦਾ ਨਾ ਮੇਰੀ ਗੱਲ ਸੁਣ ਜੇ ਕੋਈ ਕਫਨ ਵੇਚਦਾ ਹੋਵੇ ਨਾ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਉਹ ਜ਼ਹਿਰ ਵੀ ਦਿੰਦਾ ਹੋਵੇ ਉਹ ਜੀਰੂ ਜੀ ਉਸਤਾਦ ਜੀ ਉਹ ਟੇਬਲ ਤੋਂ ਕੱਪ ਚੁੱਕ ਲਾ ਬਜ਼ੁਰਗਾਂ ਦੇ ਅੰਦਰ ਦੀਆਂ ਔਰਤਾਂ ਜਾਗ ਪਈਆਂ ਹੀ ਉਹ ਤੜਨ ਦੇ ਉਸਤਾਦ ਨਜ਼ੀਰ ਦੀ ਤਨਖਾਹ 'ਚੋਂ ਕੱਢ ਲੈਂਦੇ ਨੇ ਪੈਸੇ ਓਏ ਉਹ ਨਾਮਾ ਨੀਮਾ ਬਲਕਿ ਯਕੀਨਨ ਵੱਡਾ ਕੀਮਾ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਕਿ ਤੂੰ ਤਨਖਾਹ ਉਹਨਾਂ ਨੂੰ ਦੇਣੀ ਕਿ ਉਹਨਾਂ ਨੇ ਤੈਨੂੰ ਦੇਣੀ ਜੇ ਇਸੇ ਤਰ੍ਹਾਂ ਕੰਮ ਟੁੱਟਦੇ ਰਹੇ ਨਾ ਤਾਂ ਅਗਲੇ ਮਹੀਨੇ ਉਸਤਾਦ ਹੋਰਾਂ ਨੂੰ ਅਸੀਂ ਤਨਖਾਹ ਦੇਵਾਂਗੇ ਅਸੀਂ ਉਸਤਾਦ ਨੂੰ ਕਦੀ ਦੁਆ ਨਹੀਂ ਦਿੱਤੀ ਤਨਖਾਹ ਕਿੱਥੋਂ ਦੇਣੀ ਓਏ 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 ਜਨਾਨਿਆਂ ਆਪਣੀ ਆਵਾਜ਼ ਬੰਦ ਕਰ ਹਰ ਵੇਲੇ ਥੀਏਟਰ ਲਾਈ ਰੱਖਦੇ ਹੋ ਕੰਬਖਤੋਂ ਜਿੱਥੇ ਵੇਖਦੇ ਹੋ ਸ਼ੁਰੂ ਹੋ ਜਾਂਦੇ ਹੋ ਫਟਾਫਟ ਚੰਗਾ ਸਗੋਂ ਯਾਰ ਉਹ ਤੇਰੇ ਹੋਟਲ 'ਤੇ ਰੌਣਕ ਲੱਗੀ ਰਹਿੰਦੀ ਹੈ ਰੌਣਕ ਲੱਗੀ ਰਹਿੰਦੀ ਖਾਲਦ ਚੌਧਰੀ ਖਿਦਰ ਆਦ ਖਾਨਦਾਨੀ ਬੰਦਾ ਜੱਦੀ ਪੁਸ਼ਤੀ ਚੌਧਰੀ ਏ ਤੇਰੇ ਚੌਧਰੀ ਵਾਂਗੂ ਨਹੀਂ ਕੱਲ੍ਹ ਦੀ ਪੋਤਰੀ ਅਤੇ ਸਿਵੀਆਂ ਦਾ ਅੱਡ ਤੈਨੂੰ ਅੱਜ ਦਫ਼ਤਰੋਂ ਇੰਨੀ ਛੇਤੀ ਛੁੱਟੀ ਕਿਹਨੇ ਦੇ ਦਿੱਤੀ ਏ ਫਟਾ ਫਟ ਗੱਲ ਸੁਣ ਆਮਿਰ ਤੂੰ ਮੇਰਾ ਛੋਟਾ ਭਰਾ ਹੈ ਮੱਲੇਦਾਰ ਹੈ ਤੂੰ ਸਾਡਾ ਤੇਰੇ ਵਾਲਿਦ ਅਤੇ ਮੇਰੇ ਵਾਲਿਦ ਦੋਸਤ ਨੇ ਬਿਲਕੁਲ ਠੀਕ ਹੈ ਪਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਅਸ਼ਰ ਭਾਈ ਜਾਨ ਯਾਰ ਤੂੰ ਮੋਡਲਿੰਗ 'ਚ ਚੰਗਾ ਭਲਾ ਨਾ ਬਣਾ ਲਿਆ ਹੈ ਉੱਥੋਂ ਕਮਾ ਸਕਣਾ ਹੈ ਫਿਰ ਇਹ ਦਾਦਾਗਿਰੀ 'ਚ ਕੀ ਪਿਆ ਅਸ਼ਰ ਭਾਈ ਜਾਨ ਮੈਂ ਤੁਹਾਡੀ ਬੜੀ ਇੱਜ਼ਤ ਕਰਦਾ ਮੈਂ ਤੁਹਾਨੂੰ ਕਦੀ ਸਰ ਜਾਂ ਸਾਧ ਪੁਕਾਰਿਆ ਮੈਂ ਹਮੇਸ਼ਾ ਤੁਹਾਨੂੰ ਭਾਈ ਜਾਨ ਕਹਿ ਕੇ ਬੁਲਾਇਆ ਹਾਂ ਹਾਂ ਤੂੰ ਗੱਲ ਕਰ ਅਸ਼ਰ ਭਾਈ ਮਾਰਕੀਟ 'ਚ ਪਹਿਲੇ ਡਿਮਾਂਡ ਆਉਂਦੀ ਹੈ ਫਿਰ ਉਹਦੀ ਪ੍ਰੋਡਕਟ ਆਉਂਦੀ ਹੈ ਸਾਡਾ ਮੁਆਸ਼ਰਾ ਹੀ ਸਾਡੇ ਰਵੱਈਏ ਡਿਵੈਲਪ ਕਰਦਾ ਇੱਕ ਸਿਆਸਤਦਾਨ ਨੂੰ ਬਦਮਾਸ਼ ਦੀ ਲੋੜ ਪਈ ਅਤੇ ਉਹਦੀ ਨਜ਼ਰ ਮੇਰੇ 'ਤੇ ਪਈ ਮੈਂ ਨਾ ਹੁੰਦਾ ਅਤੇ ਕੋਈ ਹੋਰ ਹੁੰਦਾ ਅਤੇ ਸ਼ਾਇਦ ਉਹ ਮੇਰੇ ਨਾਲੋਂ ਜ਼ਿਆਦਾ ਜ਼ਾਲਮ ਹੁੰਦਾ ਜ਼ਮਾਨੇ ਦੀ ਹਵਾ ਨੇ ਤੈਨੂੰ ਕਾਫੀ ਕੁਝ ਸਿਖਾਇਆ ਆਮਿਰ ਆਪਣੀ ਜਾਨ ਦਾ ਦੁਸ਼ਮਣ ਨਾ ਬਣ ਇਹ ਫਾਈਲਾਂ ਭਰੀਆਂ ਨੇ ਤੇਰੇ ਜੇ ਕ੍ਰਿਮੀਨਲ ਦੀਆਂ ਕਾਨੀਆਂ ਨਾਲ ਕਿਸੇ ਇੱਕ ਦਾ ਅੰਜਾਮ ਵੀ ਚੰਗਾ ਨਹੀਂ ਹੋਇਆ ਤੂੰ ਮੇਰਾ ਛੋਟਾ ਭਰਾ ਹੈ ਇਸ ਲਈ ਤੈਨੂੰ ਸਮਝਾ ਰਿਹਾ ਕਿ ਬਾਜ਼ ਆ ਜਾ ਆਪਣੀ ਹਰਕਤਾਂ ਤੋਂ ਛੱਡ ਦੇ ਆ ਰਸਤਾ ਗਿਆ ਵੇਲਾ ਫਿਰ ਕਦੇ ਹੱਥ ਨਹੀਂ ਆਉਂਦਾ ਠੀਕ ਹੈ ਮੈਂ ਤੁਹਾਡੀ ਗੱਲ ਪੱਲੇ ਬੰਦ ਰੱਬ ਰਾਖਾ
ਓਏ ਜਾਕੇ ਓਏ ਇਸ ਵਾਰੀ ਆਪਣੀ ਬੁਲਬੁਲ ਰੇਸ ਜਿੱਤੇਗੀ ਨਾ ਹਾਂ ਜਿੱਤੇਗੀ ਬਾਉਨ ਜੀ ਓ ਸੈਂਡ ਓਏ ਕੌਣ ਆਈ ਓ ਗੈਸ ਲਵਾ ਲਗੇ ਓ ਮੇਰਾ ਸ਼ਹਿਜ਼ਾਦਾ ਜੇਲਾਂ ਦੇ ਪੂਵੇ ਤੋੜ ਕੇ ਆ ਗਿਆ ਅੱਜ ਤੇ ਅਮਰ ਬਹੁਤ ਆਇਆ ਹੈ ਵੈਲਕਮ ਬੌਸ ਵੈਲਕਮ ਬੜੇ ਚਰਚੇ ਨੇ ਆਮਿਰ ਬਾਊ ਦੇ ਬੱਲੇ ਬਈ ਬੱਲੇ ਸੈਂਡ ਜੀ ਬੌਸ ਆ ਜਾ ਅੰਦਰੋਂ ਪੈਕਟ ਤੇ ਮਸਾਲਾ ਚੁੱਕ ਕੇ ਲਿਆ ਆਮਿਰ ਬਾਊ ਵਾਸਤੇ ਠੀਕ ਹੈ ਓ ਬਿਹਾਰੀ ਨੂੰ ਟਿੱਕਿਆ ਨਾ ਕਹਿ ਦਾ ਬੌਸ ਕਹਿ ਦੇ ਓਏ ਕਹਿ ਦੇ ਬੜੀ ਭੁੱਖ ਲੱਗੀ ਹੈ ਤੇ ਉਹਨੂੰ ਕਹੀਂ ਜ਼ਰਾ ਰੱਜ ਕੇ ਤੇ ਖੁੱਲ ਡੁੱਲ ਕੇ ਬਣਾਏ ਠੀਕ ਹੈ ਅਮਰ ਬਾਊ ਹਸ਼ਰ ਦਿਹਾੜੇ ਅਸਾਂ ਇਹ ਜਿਸ ਨੂੰ ਚੋਰ ਦਿਲੇ ਦਾ ਕਹਿਣਾ ਜ਼ਿਹਨ ਮਸਵਰ ਹੋਣ ਤਾਂ ਨਕਸ਼ੇ ਡੀਕੇ ਉਸੇ ਠੱਕਦੇ ਵਾਹ ਵਾਹ ਵਕਾਲਤ ਵਿੱਚ ਕੀ ਸ਼ਾਇਰੀ ਵੀ ਪੜ੍ਹਾਉਂਦੇ ਨੇ ਉਹ ਜਨਾਬ ਵਕੀਲ ਜ਼ਬਾਨ ਦੀਆਂ ਹੇਰਾ ਫੇਰੀਆਂ 'ਚੋਂ ਬਾਰੀਕੀਆਂ ਕੱਢਦਾ ਹੈ ਅਤੇ ਵਕੀਲ ਨੇ ਹੀ ਲੋਕਾਂ ਦੇ ਮੂੰਹੋਂ ਨਿਕਲੇ ਹੋਏ ਲਫਜ਼ਾਂ 'ਚੋਂ ਦਲੀਲ ਕੱਢਣੀ ਹੁੰਦੀ ਹੈ ਅਤੇ ਲਫ਼ਜ਼ ਜ਼ਬਾਨ 'ਤੇ ਅਦਬ ਪੜਿਆ ਬਿਨਾਂ ਨਹੀਂ ਆਉਂਦੇ ਓਏ ਹੋਏ ਹੋਏ ਇੰਨੀ ਵਸਨੀ ਗੁਫ਼ਤਗੂ ਮੇਰੇ ਤੇ ਕੰਨ ਹੀ ਥੱਕੇ ਵੈਸੇ ਹਾਲੇ ਤੁਸੀਂ ਜੂਨੀਅਰ ਵਕੀਲ ਹੋ ਜੇ ਸੀਨੀਅਰ ਹੋ ਗਏ ਤਾਂ ਫਿਰ ਤੁਹਾਡਾ ਕੀ ਹਾਲ ਹੋਏਗਾ ਸ਼ੁਕਰ ਇਹ ਗੁਫ਼ਤਗੂ ਤੁਸੀਂ ਕੰਨਾਂ ਤੋਂ ਅੱਗੇ ਨਹੀਂ ਜਾਣ ਦਿੱਤੀ ਜੇ ਅਗਰ ਇਹ ਜ਼ਿਹਨ ਤੱਕ ਪਹੁੰਚ ਜਾਂਦੀ ਤਾਂ ਬੇਹੋਸ਼ ਹੋਣ ਦਾ ਖਤਰਾ ਸੀ ਅੱਛਾ ਬਸ ਬਸ ਹੁਣ ਐਡੀ ਵੀ ਕੁੰਜੇ ਨਹੀਂ ਹੈਗੀ ਮੈਂ ਵੈਸੇ ਮੈਂ ਸੋਚ ਰਹੀ ਸਾਂ ਕਿ ਐਲ ਐਲ ਬੀ ਵਿੱਚ ਐਡਮਿਸ਼ਨ ਲਵਾਂ ਪਰ ਹੁਣ ਲੱਗਦਾ ਹੈ ਕਿ ਪੰਜਾਬੀ ਅਦਬ ਵਿੱਚ ਇੱਕ ਐਮ ਏ ਕਰਨਾ ਪਏਗਾ ਬਹੁਤ ਸ਼ੁਕਰੀਆ ਜਨਾਬ ਇਹ ਤਾਂ ਤੁਹਾਡਾ ਮੇਰੇ 'ਤੇ ਅਹਿਸਾਨ ਹੋਏਗਾ ਇਹਦੇ ਨਾਲ ਕਮ ਅਜ਼ ਕਮ ਕਮਿਊਨੀਕੇਸ਼ਨ ਤਾਂ ਈਜ਼ੀ ਹੋਏਗੀ ਨਾ ਅੱਛਾ ਹੁਣ ਅਗਰ ਤੁਸੀਂ ਇੰਨੇ ਜ਼ਬਾਨਦਾਨ ਹੋ ਤਾਂ ਫਿਰ ਇਹ ਅੰਗਰੇਜ਼ੀ ਦੇ ਵਰਡ ਕਿਉਂ ਯੂਜ਼ ਕਰ ਰਹੇ ਹੋ ਹਾਏ ਹਾਏ ਦਿਲ ਸਾੜ ਦਿੱਤਾ ਜੇ ਗੱਲ ਕਰਕੇ ਉਹ ਜਨਾਬ ਵੱਡੀ ਜ਼ਬਾਨ ਉਹ ਹੁੰਦੀ ਹੈ ਜਿਹਦੇ 'ਚ ਦੂਜੀਆਂ ਜ਼ਬਾਨਾਂ ਦੇ ਲਫ਼ ਸਮਾਨ ਦੀ ਗੁੰਜਾਇਸ਼ ਹੋਵੇ ਅਤੇ ਇਹ ਲਫ਼ਜ਼ ਵੀ ਪੰਛੀਆਂ ਤਰ੍ਹਾਂ ਹੁੰਦੇ ਨੇ ਇਹਨਾਂ ਨੂੰ ਜਿਹੜਾ ਦੇਸ਼ ਚੰਗਾ ਲੱਗਦਾ ਹੈ ਉੱਥੇ ਚਲੇ ਜਾਂਦੇ ਨੇ ਓਕੇ ਅੱਲਾ ਹਾਫਿਜ਼ ਹਾਂ ਮੰਤਰੀ ਇਹ ਗੱਲ ਤਾਂ ਦੱਸ ਮੈਨੂੰ ਹਾਂ ਪੁੱਛ ਪਰ ਸਿੱਧੀ ਗੱਲ ਪੁੱਛੀ ਮੇਰੇ ਤੋਂ ਪੁੱਛਦਾ ਤਾਂ ਪਿਆ ਇਹ ਆਪਣੀ ਮਰੀਨ ਬੀਬੀ ਦਾ ਅਤੇ ਉਹ ਅਸ਼ਰਫ ਦਾ ਕੀ ਰੌਲਾ ਹੈ ਤੂੰ ਬਕਵਾਸ ਕਰਨਾ ਬਾਸ ਨਹੀਂ ਆਣਾ ਲੱਗਦੀ ਕਿਹੜੀ ਗੱਲ ਨੂੰ ਹੈ ਭਲਾ ਭਈ ਭਲਾ ਦੱਸ ਚੱਖਾ ਕੀ ਹੈ ਮੈਂ ਉਹਨਾਂ ਨੂੰ ਆਪ ਫੋਨ 'ਤੇ ਗੱਲ ਕਰਦਿਆਂ ਹੀ ਸੁਣਿਆ ਹੈ ਹੈ ਅਤੇ ਹੋਰ ਜ਼ਿਆਦਾ ਤੂੰ ਤਾਂ ਮਰੀਨ ਬੀਬੀ ਗਈਆਂ ਆਏ ਉਹਨਾਂ ਦੇ ਘਰ ਵੀ ਚੇਤਾ ਆਈ ਚੇਤਾ ਜਨਾਬ ਬੜੀ ਚੰਗੀ ਤਰ੍ਹਾਂ ਚੇਤਾ ਉਹ ਤੇ ਅਸ਼ਰਫ ਪਾਸ ਹੋਇਆ ਸੀ ਤੇ ਅਸੀਂ ਉਹਦੇ ਪਾਸ ਹੋਣ ਦੀ ਉਹਨੂੰ ਮੁਬਾਰਕਬਾਦ ਦੇਣ ਗਈਆਂ ਸੀ ਪਰ ਤੈਨੂੰ ਕੀ ਤਕਲੀਫ ਪੁੱਛਿਆ ਤਾਂ ਮੈਂ ਹਾਏ ਹੈਂ ਐਵੇਂ ਤੂੰ ਅੱਗੋਂ ਲੜਨ ਘੱਟ ਡਾਨੀ ਹੈ ਵੱਡੀ ਮੁੰਦਰੀ ਤਾਂ ਵੇਖੋ ਬਣੀ ਵਧੀ ਨਾ ਮੇਰੀ ਗੱਲ ਸੁਣ ਤੂੰ ਹਰ ਵੇਲੇ ਸਾਡੇ ਦੋਵਾਂ ਦੀ ਖੋਜ ਵਿੱਚ ਹੀ ਰਹਿਣਾ ਤੈਨੂੰ ਕੀ ਅਸੀਂ ਜਿੱਥੇ ਮਰਜ਼ੀ ਜਾਈਏ ਤੇ ਭਾਵੇਂ ਨਾ ਜਾਈਏ ਤੂੰ ਨਾ ਤੂੰ ਆਪਣੀ ਔਕਾਤ ਚ ਰਿਹਾ ਕਰ ਗੱਲ ਸੁਣ ਲੈ ਮੇਰੀ ਮੁੰਦਰੀ ਤੂੰ ਜਾ ਰਹਾ ਨਾ ਮੈਨੂੰ ਔਕਾਤ ਨਾ ਹੀ ਦੱਸਣੀ ਮੈਂ ਬੰਦਾ ਹਾਂ ਬਹੁ ਬਾਇੜਾ ਹੈਂ ਅੱਗੇ ਤਾਂ ਮੈਂ ਕੁਝ ਨਾ ਹੀ ਨਾ ਆਖਿਆ ਹੁਣ ਮੈਂ ਸਾਹਿਬ ਨੂੰ ਦਸੇਸਾਂ ਬੇਗਮ ਨੂੰ ਹੀ ਦਸੇਸਾਂ ਸਾਰਿਆਂ ਨੂੰ ਦਸੇਸਾਂ ਓਏ ਓਏ ਕੀ ਦੱਸਣਾ ਹੀ ਹੋ ਕੀ ਸੁਣਿਆ ਤੂੰ ਹੈਂ ਕੁਝ ਨਾ ਜੀ ਮੈਂ ਤਾਂ ਐਵੇਂ ਜੀ ਉਹ ਜੀ ਐਵੇਂ ਮੇਰੇ ਨਾਲ ਇਹਨੇ ਪੱਟ ਪੱਟ ਲਾਈ ਕੀ ਸੁਣਿਆ ਤੂੰ ਮੈਰੀਨ ਦੇ ਬਾਰੇ ਚ ਉਹ ਜੀ ਮੈਂ ਇਹਨੂੰ ਆਖਿਆ ਜੀ ਇਹ ਤਾਂ ਮਰੀਨ ਬੀਬੀ ਨਾ ਬੂਟੇ ਦੇ ਘਰ ਗਈਆਂ ਹਨ ਜੀ ਬੂਟੇ ਮਜ਼ਦੂਰ ਦੇ ਅਤੇ ਇਹਨੂੰ ਮੈਂ ਪੁੱਛਿਆ ਜਾ ਤਾਂ ਕੋਈ ਲੜਨ ਸ਼ੁਰੂ ਹੋ ਗਈ ਹੈ ਜੀ ਤੈਨੂੰ ਕਿਹਨੇ ਦੱਸਿਆ ਮੈਂ ਆਪ ਬਿੱਠਾ ਹੈ ਜੀ ਮੈਂ ਗਿਆ ਸੋ ਸਬਜ਼ੀ ਲਵੇ ਅਤੇ ਉੱਥੇ ਬੂਟੇ ਦੇ ਬੂਹੇ ਅੱਗੋਂ ਮਰੀਨ ਬੀਬੀ ਦੀ ਗੱਡੀ ਖਲੋਤੀ ਆਈ ਅਤੇ ਮੈਂ ਵੇਖ ਕੇ ਖਲੋ ਰਿਹਾ ਸੂ ਮੋਰੇ ਮਰੀਨ ਬੀਬੀ ਅਤੇ ਦੋਵੇਂ ਅੰਦਰੋਂ ਨਿਕਲੀਆਂ ਜੀ ਗੱਡੀ 'ਚ ਭਾ ਕੇ ਆ ਗਈਆਂ ਜੀ ਚਲ ਚਲ ਹਾਂ ਆਮਿਰ ਕੀ ਨਵੀਂ ਤਾਜ਼ੀ ਬੜੀਆਂ ਸਿਆਸਤਾਂ ਚੱਲਣੀਆਂ ਉਸਤਾਦ ਦੀ ਇੱਕ ਦਾ ਪੁੱਤਰ ਏ ਐਸ ਪੀ ਦਾ ਬੇਲੀ ਹੈ
ਤੇ ਪੂਰੇ ਇਲਾਕੇ ਚੋਂ ਦਾ ਭਾਰ ਤੇ ਦੂਜੇ ਦੀ ਧੀ ਨੇ ਏਐਸਪੀ ਨੂੰ ਪਟੂ ਪਾ ਲਿਆ। ਵਾਹ ਬਈ ਵਾਹ, ਬੱਲੇ ਬਈ ਬੱਲੇ। ਤੇ ਤੇਰੇ ਖਿਜ਼ਰ ਯਾਰ ਦੀ ਧੀ ਨਾਲ ਮੇਰੇ ਯਾਰ ਦਾਨਿਆਲ ਨੇ ਇਸ਼ਕ ਪੇਚਾ ਪਾ ਲਿਆ। ਅੱਛਾ ਓਏ, ਕੀ ਗੱਲ ਕੀਤੀ ਆ ਯਾਰ, ਨਸ਼ਾ ਹੀ ਚੜਾਤੀ? ਇੱਕ ਵਾਰੀ ਫਿਰ ਦੱਸ। ਮੇਰਾ ਯਾਰ ਜਿਹੜਾ ਦਾਨਿਆਲ ਹੈ, ਉਹਦਾ ਤੇ ਪਿੰਕੀ ਦਾ ਪੱਕਾ ਭੇਜਿਆ ਹੀ, ਗੁੜੀਆਂ ਪੈ ਗਈਆਂ ਨੇ ਗੁੜੀਆਂ। ਓਏ ਇਹ ਤੇ ਸਿਆਸਤ ਦਾ ਕਮਾਲ ਹੈ, ਜੇ ਗੱਲ ਇਹੋ ਰਹੀ ਤੇ ਦੋਵਾਂ ਚੋਂ ਇੱਕ ਡਿੱਗੇ ਹੀ ਡਿੱਗੇ। ਚੌਧਰੀ ਸਾਹਿਬ, ਅਸੀਂ ਇਸ ਘਰ ਦਾ ਨਮਕ ਖਾਧਾ ਤੇ ਅਸੀਂ ਨਮਕ ਹਰਾਮ ਨਹੀਂ। ਉਹ ਤੇ ਐਵੇਂ ਮੈਂ ਆਪਣੀ ਖੁਸ਼ੀ ਲਈ ਉਹਦੇ ਕੋਲੋਂ ਪੁੱਛ ਲਿਆ, ਉਹ ਵੱਡਾ ਅਫਸਰ ਜੀ ਬਣ ਗਿਆ। ਓਏ ਬਕਵਾਸ ਬੰਦ ਕਰ। ਉਹ ਜਿੱਡਾ ਮਰਜ਼ੀ ਵੱਡਾ ਅਫਸਰ ਹੈ ਤੇ ਇੱਕ ਮਜ਼ਦੂਰ ਦਾ ਪੁੱਤਰ ਨਾ। ਮੈਂ ਮਹਿਰੀਨ ਨੂੰ ਇਸ ਕਰਕੇ ਕੁਝ ਨਹੀਂ ਕਿਹਾ ਕਿ ਮੈਨੂੰ ਉਹਦੇ ਤੇ ਇਤਮਾਦ ਹੈ, ਪਰ ਤੈਨੂੰ ਜ਼ਰੂਰਤ ਕਿਵੇਂ ਹੋਈ ਇਸ ਗੱਲ ਦਾ ਗਲਤ ਮਤਲਬ ਲੈਣ ਦੀ? ਅਬੂ ਇਹਨੇ ਕੋਈ ਗਲਤ ਮਤਲਬ ਨਹੀਂ ਲਿਆ, ਮੇਰੀ ਤਸ਼ਰਫ ਦੀ ਅੱਛੀ ਅੰਡਰਸਟੈਂਡਿੰਗ ਹੈ, ਬਾਕੀ ਮੁੰਦਰੀ ਦੀ ਓਬਜ਼ਰਵੇਸ਼ਨ, ਕਿਉਂਕਿ ਮੇਰੇ ਘਰ ਵਾਲਿਆਂ ਕੋਲ ਤਾਂ ਟਾਈਮ ਹੀ ਨਹੀਂ ਹੈ ਕਿ ਇੱਕ ਦੂਸਰੇ ਦਾ ਹਾਲ ਵੀ ਪੁੱਛ ਲਏ। ਅੰਡਰਸਟੈਂਡਿੰਗ ਦਾ ਕੀ ਮਤਲਬ ਹੈ? ਅੰਮੀ ਤੁਸੀਂ ਤਾਂ ਬੱਚਿਆਂ ਦੇ ਸਵਾਲ ਕਰਦੇ ਹੋ, ਔਰ ਅਬੂ ਮਜ਼ਦੂਰ ਦਾ ਬੇਟਾ ਹੋਣਾ ਕਿੰਨਾ ਕੋਈ ਵੱਡਾ ਜ਼ੁਰਮ? ਅਸੀਂ ਮਿਹਨਤ ਨਹੀਂ ਕੀਤੀ, ਤਰੱਕੀ ਕਰਕੇ ਆਪਣਾ ਸਟੇਟਸ ਨਹੀਂ ਬਦਲਿਆ, ਉਹ ਵੀ ਬਦਲ ਰਿਹਾ ਹੈ। ਮੈਰੀਨ, ਤੁਸੀਂ ਇਸ ਨਾਲ ਗੱਲ ਕਰ, ਤੂੰ ਆਪਣੇ ਪਿਓ ਨਾਲ ਗੱਲ ਕਰ ਰਹੀ ਹੈ, ਤੇ ਸਹੇਲੀ ਨਾਲ ਨਹੀਂ। ਉਹ ਮੇਰੇ ਨਾਲ ਗੱਲ ਕਰ ਰਹੀ ਹੈ, ਉਹਨੂੰ ਗੱਲ ਕਰਨ ਦੇ, ਤੂੰ ਨਾ ਦਖਲ ਦੇ। ਦੇਖ ਮੈਰੀਨ ਪੁੱਤਰ, ਮੈਂ ਇਸ ਗੱਲ 'ਚ ਕੋਈ ਹਰਜ ਨਹੀਂ ਸਮਝਦਾ, ਲੇਕਿਨ ਗੱਲ ਇਹ ਵੇ ਕਿ ਮੈਂ ਇੱਕ ਸਿਆਸੀ ਬੰਦਾ ਹਾਂ। ਲੋਕਾਂ ਨੇ ਕਹਿਣਾ ਕਿ ਏਐਸਪੀ ਨੂੰ ਆਪਣੇ ਖਾਨਦਾਨ 'ਚ ਸ਼ਾਮਿਲ ਕਰਨ ਲਈ ਮੈਂ ਕੋਈ ਚਾਲ ਚੱਲੀ ਗਈ। ਇਹ ਪੁੱਤਰ ਕਸੂਰ ਤੇਰਾ ਨਹੀਂ, ਕਸੂਰ ਮੇਰਾ ਹੈ। ਮੈਂ ਹੀ ਪੜ੍ਹਾਈ ਕਰਾਈ, ਮੈਂ ਹੀ ਤੈਨੂੰ ਖੁੱਲ੍ਹ ਦਿੱਤੀ ਦੁਸ਼ਮਣ ਦੇ ਘਰ ਜਾਣ ਦੀ। ਮੈਂ ਨਹੀਂ ਸੀ ਜ਼ਿਆਦਾ ਤੈਨੂੰ ਖੁੱਲ੍ਹ ਦੇਣਾ। ਪਿੰਕੀ ਬੇਟਾ, ਇਹ ਇੱਕ ਚਾਲ ਹੈ ਚੌਧਰੀ ਨਸੀਰ ਦੀ, ਉਹ ਦਾਨਿਆਲ ਦੇ ਜ਼ਰੀਏ ਮੈਨੂੰ ਜ਼ੇਰ ਕਰਨਾ ਚਾਹੁੰਦਾ। ਤੈਨੂੰ ਗੱਲ ਦੀ ਕਿਉਂ ਸਮਝ ਨਹੀਂ ਆ ਰਹੀ? ਓਹੋ ਜੀ, ਇਹ ਗੱਲ ਨਾ ਵੀ ਹੋਵੇ ਅੱਬਾ ਜੀ, ਤਾਂ ਫਿਰ ਵੀ ਦਾਨਿਆਲ ਦਾ ਕਿਰਦਾਰ ਸਭ ਦੇ ਸਾਹਮਣੇ ਨੇ। MBA ਕਰਨ ਦੇ ਬਾਵਜੂਦ ਵੀ ਉਹ ਯਾਸ਼ੀ ਤੇ ਅਵਾਰਾ ਗਰਦੀ ਕਰਦਾ ਫਿਰਦਾ। ਓਏ ਮੈਨੂੰ ਤੇ ਇਸ ਗੱਲ ਦੀ ਸ਼ਰਮ ਮਾਰ ਰਹੀ ਏ, ਮੇਰੇ ਜਿਸ ਕਰਿੰਦੇ ਨੇ ਮੈਨੂੰ ਦੱਸਿਆ ਸੀ ਉਹਦੇ ਚਰਸ ਪੀਣ ਦਾ, ਉਸੇ ਨੇ ਮੈਨੂੰ ਇਹ ਗੱਲ ਦੱਸੀ। ਉਹਨੂੰ ਕਿੰਨੇ ਦੱਸਿਆ? ਆਮਰ ਨੇ। ਤੂੰ ਅੰਦਾਜ਼ਾ ਕਰ ਅਵੈਸ, ਇਹ ਨਵਾਂ ਨਵਾਂ ਬਦਮਾਸ਼ ਮੇਰੀ ਇੱਜ਼ਤ ਉਛਾਲਦਾ ਫਿਰਦਾ ਹੈ। ਇਹ ਸਭ ਕੁਛ ਕੌਣ ਕਰਵਾ ਰਿਹਾ? ਉਹ ਕਰੂੰਡੀਆ ਜਿਹਦਾ ਨਾਂ ਚੌਧਰੀ ਨਸੀਰ ਹੈ। ਉਹ ਕੁੜੀਏ, ਜੇ ਤੈਨੂੰ ਮੇਰੀ ਇੱਜ਼ਤ ਅਜ਼ੀਜ਼ ਹੈ ਤੇ ਖੁਦਾ ਦੇ ਵਾਸਤੇ ਇਹ ਰਾਬਤੇ ਵਾਸਤੇ ਸਾਰੇ ਬੰਦ ਕਰ ਦੇ। ਤੈਨੂੰ ਗੱਲ ਦੀ ਕਿਉਂ ਸਮਝ ਨਹੀਂ ਆ ਰਹੀ? ਬਾਬਾ ਬਾਬਾ, ਪਿੰਕੀ ਇੱਕ ਸਮਝਦਾਰ ਕੁੜੀ ਹੈ, ਉਹ ਕੋਈ ਵੀ ਐਸੀ ਘਿਰੀ ਹੋਈ ਹਰਕਤ ਨਹੀਂ ਕਰ ਸਕਦੀ। ਹੋ ਸਕਦਾ ਹੈ ਉਹਨੇ ਆਪਣੇ ਕੋਲੋਂ ਕੋਈ ਬਕਵਾਸ ਕੀਤੀ ਹੋਵੇ। ਓਏ ਕੋਈ ਜਵਾਬ ਤਾਂ ਦੇਵੇ, ਇਹ ਤਾਂ ਚੁੱਪ ਕਰਕੇ ਸਾਰੀਆਂ ਗੱਲਾਂ ਸੁਣਦੀ ਰਹੀ ਹੈ। ਜੇ ਝੂਠੀ ਨਾ ਹੁੰਦੀ ਤੇ ਕੁਛ ਤੇ ਬੋਲਦੀ। ਖੈਰ ਤੁਸੀਂ ਫਿਕਰ ਨਾ ਕਰੋ ਬਾਬਾ, ਮੈਂ ਕਿਸੇ ਵੇਲੇ ਪਿੰਕੀ ਨਾਲ ਆਪ ਗੱਲ ਕਰਨਾ ਵਾਂ, ਤੇ ਮੈਨੂੰ ਪੱਕਾ ਯਕੀਨ ਹੈ ਕਿ ਜੋ ਵੀ ਹਕੀਕਤ ਹੋਏਗੀ ਉਹ ਮੈਨੂੰ ਜ਼ਰੂਰ ਦੱਸੇਗੀ। ਓਏ ਤੁਸੀਂ ਤਾਂ ਪੜ੍ਹ ਲਿਖ ਕੇ ਗਵਾਇਆ, ਬਿਲਕੁਲ ਹੀ ਮੁਖਤਲਿਫ ਹੋ ਗਏ ਹੋ। ਲੱਗਦਾ ਹੀ ਨਹੀਂ ਗਾ ਕਿ ਤੁਸੀਂ ਚੌਧਰੀ ਖਿਜ਼ਰ ਹਯਾਤ ਦੀ ਔਲਾਦ ਹੋ। Thank you.
ਅੱਜ ਤੋਂ ਬਾਅਦ ਤੂੰ ਮੇਰੇ ਪੈਰਾਂ ਨੂੰ ਹੱਥ ਨਹੀਂ ਲਾਏਗੀ। ਤੇਰੀ ਜਗ੍ਹਾ ਮੇਰੇ ਪੈਰਾਂ 'ਚ ਨਹੀਂ, ਮੇਰੇ ਦਿਲ 'ਚ। ਨਾਲੇ ਤੁਸੀਂ ਸਾਡੇ ਮਲਕਾ ਆ ਲਿਆ। ਇੱਕ ਮਹੀਨਾ ਤੂੰ ਜੇਲ੍ਹ 'ਚ ਗੁਜ਼ਾਰ ਕੇ ਆਏ, ਕੱਲ੍ਹ ਜ਼ਰਾ ਵੀ ਨਹੀਂ ਆਈ ਤੈਨੂੰ। ਪਤਾ 6 ਮਹੀਨੇ ਹੋ ਗਏ ਸਾਡੇ ਵਿਆਹ ਨੂੰ, ਅਤੇ ਨਾਲੇ ਸਾਡੇ ਘਰ ਇੱਕ ਨਵਾਂ ਜੀ ਵੀ ਆਉਣ ਵਾਲਾ, ਪਰ ਤੈਨੂੰ ਹੋਸ਼ ਨਹੀਂ ਆਉਂਦੀ। ਪਲੀਜ਼ ਆਮਿਰ, ਮੈਨੂੰ ਮੇਰੇ ਪਿਆਰ ਦੀ ਐਡੀ ਵੱਡੀ ਸਜ਼ਾ ਨਾ ਦੇ ਕਿ ਮੈਂ ਸਹਿ ਨਾ ਸਕਾਂ ਅਤੇ ਮਰ ਜਾਵਾਂ। ਅੱਜ ਤੋਂ ਬਾਅਦ ਇਹੋ ਜਿਹਾ ਲਫ਼ਜ਼ ਨਾ ਕੱਢੀ। ਮੇਰੇ ਜਿਉਂਦਿਆਂ ਜੀ ਤੈਨੂੰ ਖੁਸ਼ ਨਹੀਂ ਹੋ ਸਕਦਾ, ਤੂੰ ਮੇਰੀ ਜ਼ਿੰਦਗੀ। ਰੱਬ ਕੋਲੋਂ ਤੇਰੀ ਜ਼ਿੰਦਗੀ ਤਾਂ ਮੰਗਣੀ ਆ ਆਮਿਰ, ਪਰ ਨਾ ਤਾਂ ਮੇਰਾ ਪਿਓ, ਨਾ ਮਾਂ, ਨਾ ਭੈਣ, ਨਾ ਭਰਾ। ਯਤੀਮ ਖਾਨੇ ਤੋਂ ਘਰ ਦਾ ਸਫ਼ਰ ਸਿਰਫ ਤੇਰਾ ਹੱਥ ਫੜ ਕੇ ਕੀਤਾ, ਅਤੇ ਇੱਕ ਤੂੰ ਹੈ ਕਿ ਕੁਝ ਵੀ ਨਹੀਂ ਛੱਡ ਰਿਹਾ, ਕੁਝ ਵੀ ਨਹੀਂ ਛੱਡਿਆ। ਲਓ ਜੀ, ਅੱਜ ਤੋਂ ਸਭ ਕੁਝ ਛੱਡਿਆ। ਤੈਨੂੰ ਤੇਰੀ ਸੌਣ, ਚੋਰੀ ਚਕਾਰੀ ਡਕੈਤੀ ਵਾਰਦਾਤਾਂ ਹੀਰੋਇਨ ਚਰਸ ਅਤੇ ਪੱਤਾਖੋਰੀ ਸਭ ਕੁਝ ਛੱਡੀ। ਅੱਜ ਤੋਂ ਅਸੀਂ ਸਿਰਫ ਤੁਹਾਡੇ ਖਾਮਦ ਬਣ ਕੇ ਰਵਾਂਗੇ, ਸਿਰਫ ਤੇਰਾ ਬਣ ਕੇ ਰਵਾਂਗਾ। ਮੇਰਾ ਦਿਲ ਕੋਈ ਚੀਰ ਕੇ ਵੇਖੇ ਤੇ ਪਤਾ ਲੱਗੇ ਮੈਂ ਖੁਸ਼ ਕਿਵੇਂ ਰਹਿ ਸਕਦਾ। ਮੇਰਾ ਪੁੱਤਰ ਹੈ ਇੱਕੋ ਇੱਕ, ਮੈਂ ਮਜਬੂਰ ਹਾਂ ਉਹ ਦੇਖ ਕੇ। ਮੇਰਾ ਦਿਲ ਤੇ ਹਰ ਵਕਤ ਡੁੱਬਿਆ ਰਹਿੰਦਾ, ਕੱਲ ਆਇਆ ਤੇ ਅੱਜ ਫੇਰ ਨਹੀਂ ਆਇਆ, ਖਬਰੇ ਕੀ ਕਰਦਾ ਰਹਿੰਦਾ। ਅੰਮੀ ਜਾਨ, ਆਮਿਰ ਭਾਈ ਦੀ ਵਜ੍ਹਾ ਤੁਸੀਂ ਸਾਰੇ ਪਰੇਸ਼ਾਨ ਹੋ, ਅਤੇ ਮੈਂ ਤਾਂ ਕਹਿੰਦੀ ਹਾਂ ਜਦੋਂ ਘਰ ਆਉਣ ਤਾਂ ਅਸੀਂ ਰਲ ਕੇ ਉਹਨੂੰ ਸਮਝਾਈਏ ਕਿ ਉਹ ਸਾਰੀਆਂ ਚੀਜ਼ਾਂ ਛੱਡ ਕੇ ਪਲੀਜ਼ ਸ਼ਰਾਫਤ ਦੀ ਜ਼ਿੰਦਗੀ ਇਖਤਿਆਰ ਕਰ ਲਵੇ। ਸ਼ਰਾਫਤ ਕਿਸੇ ਲਿਬਾਸ ਦਾ ਨਾਂ ਨਹੀਂ ਨਾ ਜਿਹੜਾ ਬਦਲ ਲਿਆ ਜਾਵੇ, ਇਹ ਤਾਂ ਇੱਕ ਰਵੱਈਆ ਹੈ ਜਿਹਨੂੰ ਬਦਲਿਆ ਕੁਛ ਟਾਈਮ ਲੱਗਦਾ ਹੈ। ਅੱਲਾ ਕਰੇ ਉਹ ਟਾਈਮ ਛੇਤੀ ਆਵੇ। ਆਮੀਨ। ਪਿੰਕੀ ਕੀ ਹਾਲ ਹੈ ਤੇਰਾ? ਕੀ ਹੋਇਆ ਤੂੰ ਰੋਂਦੀ ਕਿਉਂ ਪਈ ਹੈ? ਕੀ ਮੈਨੂੰ ਪੂਰੀ ਗੱਲ ਦੱਸ, ਕਿੰਨੇ ਦਿਨ ਦੱਸਿਆ ਕਿ ਅਮਰ ਅਮਰ ਕਿਤੇ ਨੇ? ਖੈਰੀਅਤ ਹੈ, ਉਹ ਤੇ ਸੋ ਰਿਹਾ ਹੈ, ਆ ਜਾਓ। ਆਮਿਰ, ਆਮਿਰ ਉਠੋ, ਆਮਿਰ
ਤਾਂ ਨਿਆਲ ਸਰ ਆਏ ਨੇ। ਉੱਠ ਨਾ। ਡਾਨੀਅਲ ਤੂੰ ਤੇ ਇੱਥੇ ਤੇ ਇਸ ਵੇਲੇ ਤੁਹਾਨੂੰ ਦੀਮ ਨੇ ਕੀ ਦੱਸਿਆ? ਤੁਹਾਨੂੰ ਦੀਮ ਨੇ ਦੱਸਿਆ ਕਿ ਮੇਰਾ ਅਤੇ ਪਿੰਕੀ ਦਾ ਦੋਸਤ ਦਾ ਰਿਸ਼ਤਾ ਨਸ਼ੇ 'ਚ ਮੁੰਡੇ ਦਾ ਨਿਕਲ ਗਿਆ। ਅਤੇ ਨਸ਼ੇ 'ਚ ਤੁਹਾਨੂੰ ਕਿਉਂ ਨਹੀਂ ਦੱਸਿਆ ਕਿ ਤੇਰੀ ਇੱਕ ਭੈਣ ਸਭਾ ਚੌਧਰੀ ਖਿਜ਼ਰ ਦੇ ਪੁੱਤਰ ਵੈਸ ਨਾਲ ਪਿਆਰ ਦੀਆਂ ਪੀਂਘਾਂ ਪਾ ਰਹੀ ਹੈ? ਓਏ ਸ਼ੇਰ ਤੁਸੀਂ ਹੱਥ ਨਾਲ ਓਏ ਤੂੰ ਹੱਥ ਨਾਲ ਜਾ ਓਏ ਮੇਰੇ ਨਾਲ ਸਾਹ ਪੀ ਜਾ ਮੇਰੇ ਅਮੇ ਓਏ ਤੇਰੇ ਥਾਣੇ ਆਉਂਦੀ ਐ ਸੀ ਤੇ ਤਰਸੀ ਓਏ ਮੈਂ ਤੈਨੂੰ ਮਾਰ ਦੇਣਾ ਜਾਨੋ ਅਮੇ ਬਲਦਾਰੀ ਜ਼ਿੰਦਗੀ ਜ਼ਿੰਦਗੀ